ਪੰਜਾਬ ਕੈਬਨਿਟ ਤੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ ਦਾ ਅਗਲਾ ਕਦਮ ਕੀ ਹੋਵੇਗਾ? ਸਸਪੈਂਸ ਬਰਕਰਾਰ ਹੈ, ਪਰ ਸਿੱਧੂ ਦੇ ਵੱਲੋਂ ਕਾਂਗਰਸ 'ਚ ਰਹਿ ਕੇ ਕੰਮ ਕਰਨ ਦੀ ਗੱਲ ਆਖੀ ਜਾ ਰਹੀ ਹੈ। ਸਿੱਧੂ ਲਗਾਤਾਰ 2 ਦਿਨਾਂ ਤੋਂ ਅੰਮ੍ਰਿਤਸਰ 'ਚ ਆਪਣੀ ਰਿਹਾਇਸ਼ 'ਤੇ ਹੀ ਸਮਰਥਕਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ। ਸਿੱਧੂ ਨੇ ਪਾਰਸ਼ਦਾਂ ਅਤੇ ਹਿਮਾਇਤੀਆਂ ਨੂੰ ਘੱਗਰ ਹੜ ਪੀੜਤਾਂ ਦੇ ਲਈ ਫੰਡ ਇਕੱਠਾ ਕਰਨ 'ਚ ਮਦਦ ਕਰਨ ਨੂੰ ਕਿਹਾ। ਪਲੱਸ ਪੰਜਾਬ ਦੀ ਤਾਂ ਸੇਵਾ ਕਰਨੀ ਕਰਨੀ ਆ, ਤੇ ਜਿਹੜਾ ਸੰਗਰੂਰ ਵਾਲੇ ਪਾਸੇ ਉਹ ਘੱਗਰ ਵਾਲੀ ਮੁਸ਼ਕਲ ਹੈ। ਕੌਂਸਲਰਾਂ ਨੂੰ ਉਹ ਵੀ ਕਿਹਾ ਵੀ ਤੁਸੀਂ ਆਪਣੇ ਲੈਵਲ ਤੇ ਜੋ ਉੱਥੇ ਭੇਜ ਸਕਦੇ ਜੇ ਸਮਾਨ ਰਾਸ਼ਨ ਪੈਸੇ ਉਹ ਵੀ ਭੇਜੋ, ਲੋਕਾਂ ਦੀ ਮਦਦ ਕਰੋ। ਆਪਣਾ ਮਕਸਦ ਆ ਈਸਟ ਤੇ ਸਾਡੀ ਕਰਮ ਭੂਮੀ ਆ, ਪਰ ਪੰਜਾਬ ਜਿਹੜਾ ਉਹਦੇ ਲਈ ਵੀ ਆਪਾਂ ਕੰਮ ਕਰਨਾ ਹੀ ਕਰਨਾ ਆ। ਜਿਹੜੇ ਉੱਥੇ ਘੱਗਰ ਵਾਲੇ ਪਾਸੇ ਵੀ ਜਿਹੜੀਆਂ ਮੁਸ਼ਕਲਾਂ ਉਹ ਵੀ ਕੌਂਸਲਰਾਂ ਨੂੰ ਕਿਹਾ ਵੀ ਸਾਰੇ ਜਣੇ ਰਲ ਕੇ ਜੋ ਤਿਲ ਫੁੱਲ ਪਾ ਸਕਦੇ ਜੇ ਉਧਰ ਵੀ ਗਰੀਬ ਲੋਕਾਂ ਦੀ ਮਦਦ ਕਰੋ। ਸਿੱਧੂ ਸਮਰਥਕਾਂ ਦੇ ਨਾਲ ਮਸ਼ਰੂਫ ਨੇ ਤਾਂ ਬਿਆਨਬਾਜ਼ੀਆਂ ਦਾ ਦੌਰ ਅਜੇ ਵੀ ਜਾਰੀ ਹੈ। ਕੈਬਨਿਟ ਮੰਤਰੀ ਕਾਂਗੜ ਨੇ ਸਿੱਧੂ ਦੀ ਸ਼ਲਾਘਾ ਕੀਤੀ ਤਾਂ ਆਗੂ ਵਿਰੋਧੀ ਧਿਰ ਹਰਪਾਲ ਸਿੰਘ ਚੀਮਾ ਨੇ ਸਿੱਧੂ ਤੇ ਇਹ ਕਹਿੰਦੇ ਹੋਏ ਤੰਜ ਕੱਸਿਆ ਕਿ ਉਹ ਸੁਨਹਿਰਾ ਮੌਕਾ ਗਵਾ ਕੇ ਹੁਣ ਡਰਾਮਾ ਕਰ ਰਹੇ ਨੇ। ਦੇਖੋ ਕਾਂਗਰਸ ਦੇ MLA ਨੇ, ਬਹੁਤ ਚੰਗੀ ਗੱਲ ਹੈ, ਹਰੇਕ ਬੰਦੇ ਦਾ ਜਿਹੜਾ ਕੰਮ ਹੁੰਦਾ ਉਹ ਧਰਮ ਹੁੰਦਾ, ਮਿਹਨਤੀ ਨੇ, ਚੰਗਾ ਕੰਮ ਕਰਨਾ ਚਾਹੀਦਾ। ਜਿਹੜੇ ਉਹਨਾਂ ਦੇ ਵੋਟਰ ਸਪੋਟਰ ਨੇ ਉਹਨਾਂ ਨੂੰ ਸਪੋਰਟ ਕਰਕੇ MLA ਬਣਾਇਆ, ਵਿਧਾਨ ਸਭਾ 'ਚ ਭੇਜਿਆ, ਅੱਜ ਉਹਨਾਂ ਨੂੰ ਮਿਲਦੇ ਆ ਤੇ ਉਹਨਾਂ ਦੇ ਕੰਮ ਕਰਾਉਣਗੇ, ਬਹੁਤ ਚੰਗੀ ਗੱਲ ਹੈ। ਮੈਂ ਇਸ ਗੱਲ ਦੀ ਤਾਰੀਫ ਵੀ ਕਰਦਾ, ਉਹਨਾਂ ਦੀ ਸ਼ਲਾਘਾ ਕਰਦਾ, ਕੰਮ ਕਰਨ ਨੂੰ ਹੈ ਵੀ ਤਕੜੇ। ਹੋ ਪਾਰਟੀ ਦੇ ਵਿੱਚ ਉਹਨਾਂ ਨੂੰ ਪਹਿਲੀ ਵਾਰ ਮੌਕਾ ਮਿਲਿਆ ਸੀਗਾ ਲੋਕਾਂ ਨੂੰ ਕੁਝ ਕਰਨ ਦਾ, ਉਹ ਉਹਨਾਂ ਨੇ ਮੌਕਾ ਗਵਾ ਲਿਆ। ਉਹ ਜੁਆਇਨ ਕਰਦੇ ਮਹਿਕਮਾ ਸਾਰੇ, ਉਹ ਐਗਰੀਮੈਂਟ ਰੱਦ ਕਰਦੇ, ਐਗਰੀਮੈਂਟ ਰੱਦ ਕਰਕੇ ਜਿਹੜੇ ਸਰਕਾਰੀ ਥਰਮਲ ਪਲਾਂਟ ਜਿਹੜੇ ਜਾਣ ਬੁੱਝ ਕੇ ਇੰਟੈਂਸ਼ਨਲੀ ਪੰਜਾਬ ਸਰਕਾਰ ਨੇ ਬੰਦ ਕੀਤੇ ਸੀ, ਜਿਨ੍ਹਾਂ ਦੀ ਮਿਆਦ 2031 ਤੱਕ ਸੀਗੀ, ਉਹਨਾਂ ਨੂੰ ਦੁਬਾਰਾ ਚਲਾਉਣਾ ਚਾਹੀਦਾ ਸੀ। ਔਰ 2031 ਤੱਕ ਜਿਹੜਾ ਮੈਂ ਸਮਝਦਾ ਘੱਟੋ ਘੱਟ 2031 ਤੱਕ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਹਰੇਕ ਘਰ ਨੂੰ ਰਾਹਤ ਦੇ ਸਕਦੇ ਸੀ। ਸੋ ਹੁਣ ਉਹ ਜਿਹੜੀ ਗੱਲ ਕਰਦੇ ਨੇ ਕਿ ਮੈਂ ਗਰਾਊਂਡ ਤੇ ਜਾ ਕੇ ਸਿਆਸਤ ਕਰੂੰਗਾ, ਜਿਹੜਾ ਮੌਕਾ ਹੀ ਗਵਾ ਲਿਆ ਹੁਣ ਉਹਦੀ ਕਿਹੜੀ ਸਿਆਸਤ ਕਰਨਗੇ, ਮੈਂ ਸਮਝਦਾ ਵੀ ਉਹ ਉਹਨਾਂ ਨੂੰ ਇਸ ਤਰ੍ਹਾਂ ਦੇ ਹੁਣ ਡਰਾਮੇ ਨਹੀਂ ਕਰਨੇ ਚਾਹੀਦੇ। ਨਵਜੋਤ ਸਿੰਘ ਸਿੱਧੂ ਕਾ ਯਹੀ ਪਰ ਆਫਿਸ ਹੋਤਾ ਥਾ, ਲੇਕਿਨ ਅਬ ਯਹਾਂ ਪਰ ਵੀ ਆਪ ਦੇਖ ਸਕਤੇ ਹੈ ਕਿ ਯਹਾਂ ਪਰ ਵੀ ਬਦਲਾਵ ਜੋ ਹੈ ਵੋ ਹੋ ਗਿਆ ਹੈ, ਕਿਉਂਕਿ ਯਹਾਂ ਪਰ ਭਾਰਤ ਭੂਸ਼ਣ ਆਸ਼ੂ ਜੋ ਕਿ ਫੂਡ ਸਪਲਾਈ ਮਿਨਿਸਟਰ ਹੈ, ਇਹ ਆਫਿਸ ਅਬ ਉਨਕੋ ਅਲਾਟ ਕਰ ਦਿਆ ਗਿਆ ਹੈ। ਜ਼ਿਕਰੇ ਖਾਸ ਹੈ ਕਿ 20 ਜੁਲਾਈ ਨੂੰ ਮੁੱਖ ਮੰਤਰੀ ਅਤੇ ਰਾਜਪਾਲ ਨੇ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਮਨਜ਼ੂਰ ਕਰ ਲਿਆ ਸੀ ਅਤੇ ਉਸ ਤੋਂ ਅਗਲੇ ਹੀ ਦਿਨ ਐਤਵਾਰ ਨੂੰ ਸਿੱਧੂ ਨੇ ਸਰਕਾਰੀ ਰਿਹਾਇਸ਼ ਵੀ ਖਾਲੀ ਕਰ ਦਿੱਤੀ ਸੀ। ਅੰਮ੍ਰਿਤਸਰ ਤੋਂ ਰਾਜਨ ਗੋਸਾਈ, ਚੰਡੀਗੜ੍ਹ ਤੋਂ ਕੁਲਵੀਰ ਦੀਵਾਨ ਦੇ ਨਾਲ ਨਿਊਜ਼ ਰਿਪੋਰਟ ਸੀ ਮੀਡੀਆ।